दिल्ली बोस्ट पंजाबी देख रहे सारे ही दर्शकों का स्वागत है दोस्तों आज इस वीडियो का खास मकसद है क्योंकि ज्यादातर जो ਸਾਡੇ دوست ਨੇ ਜੋ ਬਾਹਰ ਜਾਣਾ ਚਾਹੁੰਦੇ ਨੇ ਸਭ ਤੋਂ ਪਹਿਲੀ ਪੌੜੀ ਹੁੰਦੀ ਹੈ ਹਾਈਲਾਈਟਸ ਤੇ ਹਾਈਲਾਈਟਸ ਨੂੰ ਲੈ ਕੇ ਅੱਜ ਖਾਸ ਤੌਰ ਤੇ ਅਸੀਂ ਪਹੁੰਚੇ ਹਾਂ एसआईईसी ਦੇ ਵਿੱਚ ਤੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਮੈਡਮ ਸਟੈਲਾ ਜੋ ਕਿ ਅਕੈਡੈਮਿਕ ਹੈਡ ਨੇ ਤੇ ਭੁਪਿੰਦਰ ਗਰੇਵਾਲ ਜੀ ਜੋ ਕਿ ਬ੍ਰਾਂਚ ਮੈਨੇਜਰ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਮੈਂ ਸਤਿ ਸ਼੍ਰੀ ਅਕਾਲ ਸ਼ਸ਼ਕਲ ਸਾਰਿਆਂ ਨੂੰ ਜੀ ਤੇ ਆ ਗੱਲ ਕਰਾਂਗੇ ਨਾਮ ਤੇ ਸਾ ਬਹੁਤ ਕੰਟਰੋਵਰਸੀਜ਼ ਹੁੰਦੀਆਂ ਨੇ ਬੱਚਿਆਂ ਦੇ ਵਿੱਚ ਭ੍ਰੰਮ ਬਹੁਤ ਜ਼ਿਆਦਾ ਹੁੰਦਾ ਹੈ ਮਿਥਸ ਨੇ ਤੇ ਕਈ ਬੱਚੇ ਕਈ ਇੰਸਟੀਟਿਊਟਸ ਮੈਂ ਖਾਸ ਕਰ ਕਹਾਂਗਾ ਕਿ ਅਜਿਹੀ ਹੁੰਦੀ ਨੇ ਜੋ ਕਹਿੰਦੇ ਨੇ ਬੱਚਿਆਂ ਨੂੰ ਕਿ ਤੁਹਾਨੂੰ ਪੇਪਰ ਦੇਣ ਦੀ ਲੋੜ ਨਹੀਂ ਤੁਹਾਡੀ ਥਾਂਵੇਂ ਅਸੀਂ ਕਿਸੇ ਹੋਰ ਨੂੰ ਬਿਠਾ ਦਾਂਗੇ ਤੁਹਾਨੂੰ ਪੇਪਰ ਪਹਿਲਾਂ ਮਿਲ ਜਾਏਗਾ ਤੁਹਾਡਾ ਪੇਪਰ ਬਹੁਤ ਵਦਿਆ ਹੋਵੇਗਾ ਕੀ ਇਹ ਪੋਸੀਬਲ ਹੈ ਜੋ ਮਾਰਕੀਟ ਦੇ ਵਿੱਚ ਇਹ ਗੱਲਾਂ ਫੈਲਾਈਆਂ ਜਾ ਰਹੀਆਂ ਨੇ ਨਯਮਦੀਪ ਜੀ ਇਹ ਬਿਲਕੁਲ ਵੀ ਪੋਸੀਬਲ ਨਹੀਂ ਹੈਗਾ ਸਾਡੇ ਕੋਲ ਵੀ ਕਈ ਬੱਚੇ ਇਸ ਚੀਜ਼ ਨੂੰ ਲੈ ਕੇ ਅਪਰੋਚ ਕਰਦੇ ਨੇ ਕਿ ਸਾਨੂੰ ਇਦਾਂ ਦੀ ਕਾਲਸ ਆਈਆਂ ਜਾਂ ਸਾਨੂੰ ਟੈਸਟ ਦੇਣ ਗਏ ਉੱਥੇ ਕਿਸੇ ਨੇ ਅਪਰੋਚ ਕੀਤਾ ਇਹ ਇੱਕ ਬਿਲਕੁਲ ਮਾਲ ਪ੍ਰੈਕਟਿਸ ਆ ਆਇਲਜ਼ ਇੱਕ ਨਾ ਬਹੁਤ ਵੱਡਾ ਬਿਜ਼ਨਸ ਹੋ ਚੁੱਕਿਆ ਜਿਸ ਕਰਕੇ ਇਹਦੇ ਨਾਲ ਕਈ ਗਲਤ ਤੱਤ ਵੀ ਜੁੜ ਗਿਆ ਸੋ ਉਹ ਬੱਚਿਆਂ ਨੂੰ ਸਿਰਫ ਗੁੰਮਰਾਹ ਕਰਦੇ ਨੇ ਕਿ ਤੁਸੀਂ ਪੜੋ ਨਾ ਤੁਹਾਨੂੰ ਇਸ ਥੋੜੀ ਜਿਹੀ ਜਗ੍ਹਾ ਕਿਸੇ ਹੋਰ ਨੂੰ ਪੇਪਰ ਤੇ ਬਿਠਾ ਦਾਂਗੇ ਜਾਂ ਤੁਹਾਨੂੰ ਪੇਪਰ 2 ਦਿਨ ਪਹਿਲਾਂ ਮਿਲ ਜਾਊਗਾ ਇਦਾਂ ਦਾ ਕੁਝ ਨਹੀਂ ਹੈਗਾ ਜੇ ਤੁਸੀਂ ਚੀਟਿੰਗ ਕਰਦੇ ਫੜੇ ਜਾਂਦੇ ਹੋ ਤਾਂ ਤੁਹਾਡਾ ਇੱਕ ਚੀਟਿੰਗ ਕੇਸ ਬਣਾ ਕੇ ਤੁਹਾਡੀ ਐਮਬੈਸੀ ਨੂੰ ਭੇਜ ਦਿੱਤਾ ਜਾ ਮੰਨ ਲਓ ਤੁਸੀਂ ਕੈਨੇਡਾ ਆ ऑस्ट्रेलिया ਦੇਖ ਰਹੇ ਹੋ ਤੁਹਾਡੀ ਐਮਬੈਸੀ ਨੂੰ ਚਲਾ ਜਾਏਗਾ ਤੁਹਾਡੀ ਪਾਰਟिकुलर ਯੂਨੀਵਰਸਿਟੀ ਦਾ ਫਿਊਚਰ ਇੱਕ ਤਰੀਕੇ ਨਾਲ ਬਿਲਕੁਲ ਖਤਮ ਹੋ ਜਾਏਗਾ ਐਂਡ ਦੂਜਾ ਜਦੋਂ ਬੱਚਾ ਪੇਪਰ ਦੇਣ ਜਾਂਦਾ ਹੈ ਉਹਨਾਂ ਦਾ ਉੱਥੇ ਬਾਇਓਮੈਟ੍ਰਿਕਸ ਹੁੰਦਾ ਹੈ ਪ੍ਰੋਪਰ ਫੋਟੋਸ ਹੁੰਦੀਆਂ ਨੇ ਪਾਸਪੋਰਟ ਚੈੱਕ ਹੁੰਦੇ ਨੇ ਸੋ ਉਹ ਸਾਰੀਆਂ ਚੀਜ਼ਾਂ ਮੈਚ ਹੁੰਦੀਆਂ ਨੇ ਸੋ ਮੈਂ ਬੱਚਿਆਂ ਨੂੰ ਗੁਜ਼ਾਰਿਸ਼ ਕਰਾਂਗਾ ਇਹਨਾਂ ਚੀਜ਼ਾਂ ਤੋਂ ਪਲੀਜ਼ ਬਚ ਕੇ ਰਹੋ ਪੜ੍ਹਨਾ ਹੀ ਇੱਕ ਹੱਲ ਹੈ ਜਿਹੜਾ ਤੁਹਾਨੂੰ ਅੱਗੇ ਬੇੜਾ ਪਾਰ ਤੁਹਾਡਾ ਨਿਗਾਹ ਸਕਦਾ ਜੇ ਤੁਸੀਂ ਬਾਹਰ ਜਾਣ ਬਾਰੇ ਸੋਚ ਰਹੇ ਹੋ ਮਤਲਬ ਬਿਨਾਂ ਪੜ੍ਹਾਈ ਤੋਂ ਇਹ ਜੋ ਬੇੜੀ ਹਾਈਲਾਈਟ ਸਾਈਡੋਂ ਪਾਰ ਨਹੀਂ ਹੋ ਸਕਦੀ ਤੇ ਚੰਗਾ ਟੀਚਰ ਤੇ ਚੰਗਾ ਇੰਸਟੀਚਿਊਟ ਲੱਭਣਾ ਬਹੁਤ ਜ਼ਰ ਬਹੁਤ ਜ਼ਰੂਰੀ ਹੈ ਜੇ ਤੁਸੀਂ ਇੱਕ ਚੰਗੇ ਇੰਸਟੀਚਿਊਟ ਦੀ ਭਾਲ ਕਰ ਰਹੇ ਹੋ ਦੈਨ ਤੁਹਾਨੂੰ ਕੁਝ ਚੀਜ਼ਾਂ ਦੇਖਣ ਦੀ ਲੋੜ ਪੈਂਦੀ ਹੈ ਜਿਵੇਂ ਕਿ ਤੁਸੀਂ ਉੱਥੇ ਦੇਖੋ ਉਹਨਾਂ ਦੇ ਟ੍ਰੇਨਰਸ ਕਿੰਨੇ ਐਕਸਪੀਰੀਅੰਸ ਦੇ ਹਨ ਉਹ ਇੰਸਟੀਚਿਊਟ ਕਿੰਨੇ ਸਾਲ ਤੋਂ ਚੱਲ ਰਿਹਾ ਹੈ ਉਹਨਾਂ ਦਾ ਮਟੀਰੀਅਲ ਕਿੱਦਾਂ ਦਾ ਉਹਨਾਂ ਦੇ ਰਿਜ਼ਲਟਸ ਕਿੱਦਾਂ ਦੇ ਨੇ ਇਹ ਚੀਜ਼ਾਂ ਦੇਖ ਕੇ ਜੇ ਤੁਸੀਂ ਕਿਤੇ ਮੈਂਟਰ ਨੂੰ ਜਾਂ ਇੰਸਟੀਚਿਊਟ ਨੂੰ ਚੂਜ਼ ਕਰਦੇ ਹੋ ਤੁਹਾਨੂੰ ਕਦੇ ਵੀ ਤੋਖਾ ਨਹੀਂ ਮਿਲੂਗਾ ਬਿਲਕੁਲ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਚੰਗਾ ਟੀਚਰ ਚੰਗਾ ਮੈਂਟਰ ਹੋਣਾ ਬਹੁਤ ਜ਼ਰੂਰੀ ਹੈ ਜੇ ਬੀੜੀ ਪਾਰ ਲਾਉਣੀ ਹੈ ਆਈਲੈਂਡ ਦੇ ਵਿੱਚ ਮੈਂ ਇੱਕ ਹੋਰ ਆਸੀਂ ਚੰਡੀਗੜ੍ਹ ਪੇਪਰ ਨਹੀਂ ਦੇਣਾ ਅਸੀਂ ਬਠਿੰਡੇ ਜਾਣਾ ਅਸੀਂ ਮੋਗੇ ਜਾਣਾ ਕੀ ਇਹ ਸਹੀ ਹੈ ਜਾਂ ਬੱਚਿਆਂ ਨੂੰ ਵੈਸੀ ਹੀ ਬਸ ਇੱਕ ਇੱਕ ਬੱਚਾ ਨੇ ਦਿਮਾਗ ਹਵਾ ਬਣਾਇਆ ਹੋਇਆ ਹੈ ਹਾਂਜੀ ਅਮਨਦੀਪ ਜੀ ਇਦਾਂ ਦਾ ਗੱਲਾਂ ਬਹੁਤ ਸੁਣਿਆ ਔਰ આજ ਤੱਕ ਵੀ ਸੁਣ ਰਹੇ ਹਾਂ ਬਟ ਇਦਾਂ ਦਾ ਗੱਲ ਕੁਝ ਹੈ ਨਹੀਂ ਗੇ ਆ ਪੇਪਰ ਤੁਸੀਂ ਜੇ ਜਲੰਧਰ ਦੇ ਦੇ ਰਿਹਾ ਜਾਂ ਤੁਸੀਂ ਬਰਨਾਲਾ ਚ ਦੇ ਰਿਹਾ ਤੁਹਾਨੂੰ ਇੱਕ ਗੱਲ ਸਮਝਣਾ ਚਾਹੀਦਾ ਜਨਤਾ ਨੂੰ ਸਮਝਣਾ ਚਾਹੀਦਾ ਕਿ ਇੱਕ ਕੁਐਸਚਨ ਪੇਪਰ ਜੋ ਆਉਂਦੇ ਨੇ ਡਾਇਰੈਕਟਲੀ ਕੇਮਬ੍ਰਿਜ ਯੂਨੀਵਰਸਿਟੀ ਨੂੰ ਆਉਂਦੇ ਨੇ ਇਹ ਸਾਰੇ ਇੰਸਟੀਚੂਟਸ ਐਸਆਰਏ ਐਗਜ਼ਾਮੀਨੇਸ਼ਨ ਸੈਂਟਰਸ ਨੂੰ ਚੈਲੰਜ ਕਰਦੇ ਜਿੱਥੇ ਇੰਡਿਵੀਜੂਐਲੇਟਰਸ ਨੂੰ ਪਤਾ ਨਹੀਂ ਹੁੰਦਾ ਕਿ ਪੇਪਰ ਚ ਕੀ ਹੈ ਕੀ ਨਹੀਂ ਹੈ ਤਾਂ ਇਹਦਾ ਕੋਈ ਗੱਲ ਨਹੀਂ ਹੈ ਕਿ ਇੱਥੇ ਪੇਪਰ ਈਜ਼ੀ ਹੋਣਗੇ ਇੱਥੇ ਪੇਪਰ ਟਫ ਹੋਣਗੇ ਇਹਦਾ ਕੋਈ ਨਹੀਂ ਹੁੰਦਾ ਸਾਰੇ ਕੁਐਸਚਨ ਪੇਪਰ ਕੈਂਬ੍ਰਿਜ ਯੂਨੀਵਰਸਿਟੀ ਤੋਂ ਆਉਂਦੀ ਹੈ ਇਹ ਸਾਰਾ ਕਲੈਕਟ ਕਰਕੇ ਫਿਰ ਦਿੱਲੀ ਚਲੇ ਜਾਂਦੀ ਹੈ ਜਿੱਥੇ ਇੱਕ ਇਹਨਾਂ ਦਾ ਕਰੈਕਸ਼ਨ ਹੁੰਦਾ ਤਾਂ ਇਹਦਾ ਕੋਈ ਗੱਲ ਨਹੀਂ ਹੁੰਦੀ ਮਤਲਬ ਇਹ ਸਿਰਫ ਬੱਚਿਆਂ ਨੇ ਵੈਸੇ ਇੱਕ ਵਹਿਮ ਜਾਂ ਪਾਲਿਆ ਹੋਇਆ ਆਪਣੇ ਵਿੱਚ ਜੀ ਜੀ ਬਿਲਕੁਲ ਇੱਕ ਬਹੁਤ ਵੱਡਾ ਵਹਿਮ ਹੈ ਜੋ ਬੱਚਿਆਂ ਨੂੰ ਸਮਝਣਾ ਚਾਹੀਦਾ ਜਮ ਦੇਉ ਪੀਪਰ ਕਰੈਕਸ਼ਨ ਸਾਰੇ ਇੱਕੋ ਹੀ ਰੂਬਰਿਕਸ ਇੱਕੋ ਹੀ ਮੈਥਡਸ ਬਣਾਏ ਆ ਜੋ ਕੈਂਬ੍ਰਿਜ ਯੂਨੀਵਰਸਿਟੀ ਨੇ ਖੁਦ ਬਣਾਏ ਚਾਹੀ ਤੂਸੀ ਬੈਂਗਲੌਰ ਚ ਦੋ ਐਗਜ਼ਾਮ ਚੰਡੀਗੜ੍ਹ ਚ ਇਟਸ ਦ ਸੇਮ ਥਿੰਗ ਮਤਲਬ ਪੇੜ ਪਾਣੀ ਕਿਤਾ ਜਾਂਦਾ ਕੜੇ ਕੀਤੇ ਦੇ ਹਿਸਾਬ ਨਾਲ ਨੰਬਰ ਦਿੱਤੇ ਜਾਂਦੇ ਨੇ ਹਾਂਜੀ ਬਿਲਕੁਲ ਬਿਲਕੁਲ ਸਰੀ ਖੂਰ ਬਹੁਤ ਵੱਡੀ ਗੱਲ ਹੈ ਲੋਕ ਸੋਚਦੇ ਨੇ ਬੱਚੇ ਸੋਚਦੇ ਨੇ ਕਿ ਜਿਨ੍ਹਾਂ ਨੇ ਪੀਆਰ ਵਾਸਤੇ ਜਾਣਾ ਹੈ ਵੀ 8 اتش ਲੈਣੀ ਬਹੁਤ ਜ਼ਰੂਰੀ ਨਹੀਂ ਆ 8 ट्रिपल 7 ਲੈਣੀ ਬਹੁਤ ਜ਼ਰੂਰੀ ਨਹੀਂ ਤੇ ਇੱਕ ਉਹਨਾਂ ਦੀ ਮਿੱਥੀ ਵੀ ਹੈ ਕਿ ਪਹਿਲੀ ਵਾਰ ਦੇ ਵਿੱਚ ਇਹ ਪੋਸੀਬਲ ਨਹੀਂ ਕਿ ਉਹ ਠੀਕ ਸੋਚਦੇ ਨੇ ਜਾਂ ਗਲਤ ਮੈਂ ਖੁਦ ਪੀਆਰਚ ਡੀਲ ਕਰਦਾ ਹਾਂ ਸੋ ਸਾਨੂੰ ਕਾਫੀ ਬੱਚਿਆਂ ਦੇ ਇਦਾਂ ਦੇ ਕੁਐਸਚਨਸ ਹੁੰਦੇ ਆ ਕਿ ਮੇਰੇ A 77 ਮੈਂ ਤਿੰਨ ਵਾਰ ਦੇ ਚੁੱਕਿਆ ਨਹੀਂ ਆਏ ਇਹਦੇ ਵਿੱਚ ਆਇਲਸ ਟੈਸਟਿੰਗ ਸੈਂਟਰ ਦਾ ਕੋਈ ਕਸੂਰ ਨਹੀਂ ਹੈਗਾ ਉਹ ਪ੍ਰੋਬਲਮ ਇਸ ਕਰਕੇ ਆਉਂਦੀ ਹੈ ਕਿਉਂਕਿ ਵਰਕਿੰਗ ਪ੍ਰੋਫੈਸ਼ਨਲਸ ਨੇ ਉਹਨਾਂ ਦੇ ਕੋਲ ਟਾਈਮ ਨਹੀਂ ਹੈਗਾ ਪ੍ਰੈਕਟਿਸ ਦਾ ਸੋ ਮਾਰਨਿੰਗ ਟੂ ਈਵਨਿੰਗ ਦੇ ਆਰ ਇਨ ਆਫਿਸ ਸੋ ਸ਼ਾਮ ਨੂੰ ਸਵੇਰੇ ਜਾਂ ਕਲਾਸਸ ਲੈ ਰਹੇ ਨੇ ਘਰੇ ਪ੍ਰੈਕਟਿਸ ਨਹੀਂ ਹੋ ਰਹੀ ਸੋ ਮੇਜਰ ਰੀਜ਼ਨ ਹੈਗਾ ਪ੍ਰੈਕਟਿਸ ਨਾ ਹੋਣਾ ਦੂਜਾ ਜਦੋਂ ਅਸੀਂ ਵਰਕਿੰਗ ਆ ਤਾਂ ਅਸੀਂ ਮੇਲਸ ਦੇ ਉੱਤੇ ਸਾਰਾ ਕੰਮ ਕਰਦੇ ਹਾਂ ਸਾਡੀ ਰਾਈਟਿੰਗ ਪ੍ਰ ਉਹ ਕਈ ਬੱਚੇ ਇਦਾਂ ਦੇ ਵੀ ਨੇ ਜਿਹੜੇ ਹਫਤੇ ਜਾਂ 15 ਦਿਨਾਂ ਚ ਏਟੀਚ ਵੀ ਲੈ ਜਾਂਦੇ ਨੇ ਉਹ ਇਸ ਕਰਕੇ ਕਿ ਉਹ ਅਕੈਡੈਮਿਕ ਦੇ ਬੱਚੇ ਨੇ ਉਹਨਾਂ ਦੇ ਕੋਲ ਟਾਈਮ ਬਹੁਤ ਹੈ ਅਕੈਡੈਮਿਕਲੀ ਹੋਣੇ ਕਾਲਜਸ ਪਾਸ ਆਊਟਸ ਨੇ ਸੋ ਟਾਈਮ ਹੋਣ ਕਰਕੇ ਉਹ ਪ੍ਰੋਪਰ ਘਰੇ ਵੀ ਪ੍ਰੈਕਟਿਸ ਕਰ ਰਹੇ ਨੇ ਇੰਸਟੀਟਿਊਟ ਚ ਵੀ ਕਰ ਰਹੇ ਨੇ ਸੋ ਟਾਈਮ ਮੈਨੇਜਮੈਂਟ ਪਲੱਸ ਨਾਲ ਪ੍ਰੈਕਟਿਸ ਇਹੀ ਬੇੜਾ ਪਾਰ ਲਾਉਂਦੇ ਆ ਆਦਰਵਾਇਜ਼ ਇਦਾਂ ਦਾ ਕੁਝ ਨਹੀਂ ਹੈਗਾ ਕਿ ਆਲਸ ਟੈਸਟਿੰਗ ਸੈਂਟਰ ਤੁਹਾਨੂੰ ਰਿਜ਼ਲਟ ਨਹੀਂ ਦੇਊਗਾ ਜੇ ਤੁਸੀਂ ਵਧੀਆ ਪ੍ਰੈਕਟਿਸ ਕਰਕੇ ਦੇ ਰਹੇ ਹੋ ਪ੍ਰੋਪਰ ਟਾਈਮ ਦੇ ਰਹੇ ਹੋ ਇੰਸਟੀਟਿਊਟ ਚ ਵੀ ਘਰੇ ਵੀ ਥੈਨ ਤੁਹਾਡਾ ਕੋਈ ਸਕੋਰ ਮਤਲਬ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਜੋ ਕਿਹਾ ਜਾਂਦਾ ਮਤਲਬ ਆਪ ਉਹਨਾਂ ਦੀ ਮਿਹਨਤ ਵਿੱਚ ਕਿਤਨਾ ਕਿਤੇ ਕਮੀ ਰਹਿੰਦੀ ਹੈ ਨਹੀਂ ਤਾਂ ਪੋਸੀਬਲ ਹੈ ਕਿ ਪਹਿਲੀ ਵਾਰ ਚ ਵੀ 8 ਇੰਚ ਆਈ 377 ਲੈ ਜਾ ਸਕਦੇ ਨੇ ਅਸੀਂ ਬਹੁਤ ਕੇਸਿਸ ਦੇਖੇ ਆ ਜਿਹੜੇ ਪਹਿਲੀ ਵਾਰ ਚ 877 ਤੋਂ ਜ਼ਿਆਦਾ ਵੀ ਸਕੋਰ ਕਰ ਰਹੇ ਨੇ ਸੋ ਉਹ ਸਿਰਫ ਇਸ ਕਰਕੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਸਕੋਰ ਆਉਣ ਦਾ ਕਾਰਨ ਕੀ ਆ ਉਹਨਾਂ ਦਾ ਇਹ ਸੀ ਇੱਕ ਤਾਂ ਮੈਂਟਰ ਚੰਗਾ ਮਿਲਿਆ ਪ੍ਰੈਕਟਿਸ ਇੰਸਟੀਟਿਊਟ ਚ ਵੀ ਹੋ ਰਹੀ ਆ ਘਰੇ ਵੀ ਜਾ ਕੇ ਉਹ ਟਾਈਮ ਦੇ ਰਹੇ ਨੇ ਸੋ ਜਿਸ ਕਰਕੇ ਉਹ ਪਹਿਲੀ ਵਾਰ ਚ 877 ਤੋਂ ਵੀ ਜ਼ਿਆਦਾ ਸਕੋਰ ਕਰ ਰਹੇ ਨੇ ਮਤਲਬ ਮਿਹਨਤ ਜੇ ਕੀਤੀ ਜਾਵੇ ਤਾਂ ਸਭ ਕੁਝ ਪੋਸੀਬਲ ਹੈ 877 ਕੀ 88 ਅਮਗੀ 8 8 ਵਿੱਚ ਵੀ ਤੁਸੀਂ ਲੈ ਸਕਦੇ ਹੋ ਉਸ ਤੋਂ ਜ਼ਿਆਦਾ ਵੀ ਤੁਸੀਂ ਸਕੋਰ ਕਰ ਸਕਦੇ ਹੋ ਮੈਮ ਇੱਕ ਸਵਾਲ ਇਹ ਬਹੁਤ ਬੱਚਿਆਂ ਦੇ ਦਿਲ ਵਿੱਚ ਹੁੰਦਾ ਹੈ ਕਿ ਜਮਾਹਿੰਨੇ ਵਿੱਚ ਚਾਰ ਵਾਰ ਐਕੈਡਮਿਕ ਪੇਪਰ ਹੁੰਦਾ ਹੈ ਤੇ ਦੋ ਵਾਰ ਜਨਰਲ ਕਹਿੰਦੇ ਜਿਸ ਦਿਨ ਇਕੱਠਾ ਹੋ ਜਾਵੇ ਪੇਪਰ ਉਸ ਦਿਨ ਪੇਪਰ ਸੌਖਾ ਹੀ ਵੜਾ ਹੁੰਦਾ ਹੈ ਕੀ ਕੀ ਅਜਿਹਾ ਕੁਝ ਹੈ ਐਦਾ ਦਾ ਕੁਝ ਨਹੀਂ ਹੁੰਦਾ ਮੰਨਦੀਪ ਜੀ ਸਭ ਤੋਂ ਪਹਿਲੇ ਬੱਚਿਆਂ ਨੂੰ ਜਨਤਾ ਨੂੰ ਸਮਝਣਾ ਚਾਹੀਦਾ ਹੈ ਕਿ ਐਕੈਡੈਮਿਕ ਸਟੂਡੈਂਟਸ ਬਹੁਤ ਜ਼ਿਆਦਾ ਹੁੰਦੇ ਨੇ ਪੀ ਆਰ ਕਲਾਈਂਟਸ ਨਾਲ ਹੈ ਤੋ ਅਦਾ ਕਰਕੇ ਜੋ ਮੈਨੇ ਵੀ ਬਹੁਤ ਬਾਰ ਆਪਣਾ 22 ਸਾਲ ਐਕਸਪੀਰੀਅੰਸ ਮੈਨੂੰ ਵੀ ਬਹੁਤ ਇੱਕ ਕੁਐਸਚਨ ਹੋ ਗਿਆ ਸੀ ਕਿ ਮੈਂ ਪੁੱਛਣਾ ਸੀ ਸਾਰੇ ਨੂੰ ਕਿ ਇਹ ਮਤਲਬ ਕੀ ਕਾਰਨ ਹੈ ਫਿਰ ਮੈਂ ਸਾਰੇ ਐਕਸਪਰਟਸ ਬਹੁਤ ਸਾਰੇ ਐਕਸਪਰਟਸ ਨੂੰ ਮਿਲਿਆ ਹੈ ਔਰ ਉਹਨਾਂ ਨੇ ਮਤਲਬ ਦੱਸਿਆ ਮੈਨੂੰ ਕਿ ਕਾਰਨ ਇਹ ਹੈ ਕਿ ਅਕੈਡੈਮਿਕ ਸਟੂਡੈਂਟਸ ਬਹੁਤ ਜ਼ਿਆਦੇ ਹੁੰਦੇ ਨੇ ਤਾਂ ਕਰਕੇ ਉਹਨਾਂ ਦੀ ਡੇਟ ਜ਼ਿਆਦੇ ਹੁੰਦੀ ਹੈ ਮਨਸ਼ ਤੋ ਦੈਟ ਇਜ਼ ਦਾ ਰੀਜ਼ਨ ਵਾਈ ਵੀ ਹੈਵ 2 ਡੇਟਸ ਆਫ ਜਨਰਲ ਇਨ ਅ ਮੰਥ ਐਂਡ ਵੀ ਹੈਵ 4 ਫੋਰ ਅਕੈਡੈਮਿਕ ਸੋ ਥਿਸ ਇਜ਼ ਦੀ ਓਨਲੀ ਐਂਡ ਓਨਲੀ ਰੀਜ਼ਨ ਵਾਈ there are more students for academic students and less for general but it's nothing like that ke jis din academic uh, i mean uh, academic and general both the question paper is very easy aisa kuch nahi hota matlab bachcha <laughs> ne taiyari na karan de ke bahane labbe ne ke mith banaye ne ke ajia honda ajia honda hai taiyari to bachne de layi ma mix sawal ye bhi hai ki ielts testing body nu la ke bachche de vich bahut zyada sawal hunde ne ke main flane organization to institute to paper put up karna hai ਔਰ ਲੀਨੈਂਟ ਨੇ ਮਾਰਕਸ ਦੇ ਵਿੱਚ ਪੇਪਰ ਚੈਕਿੰਗ ਦੇ ਵਿੱਚ ਫਲਾਣੇ ਤੋਂ ਨਹੀਂ ਕਰਨਾ ਉਹ ਥੋੜਾ ਸਖਤ ਨੇ ਕਿ ਜਿਆ ਹੁੰਦਾ ਕੁਛ ਆ ਇਹ ਵੀ ਬੱਚਿਆਂ ਨੇ ਬਸ ਐਵੇਂ ਹਾਂਜੀ ਅਮਨਦੀਪ ਜੀ ਇਹ ਵੀ ਇੱਕ ਬਹੁਤ ਵੱਡਾ ਮਿਥ ਹੈ ਬਹੁਤ ਵੱਡਾ ਗਲਤ ਫਹਿਮੀ ਹੈ ਲੋਕਾਂ ਨੂੰ ਕਿ ਇਸ ਬੋਡੀ ਤੇ ਐਗਜ਼ਾਮ ਦੇਂਗੇ ਤਾਂ ਪੇਪਰ ਸੌਖੀ ਹੋ ਜਾਏਗੇ ਮੇਰਾ ਸਕੋਰਸ ਆ ਜਾਏਗੇ ਦੂਜਾ ਬੋਡੀ ਚ ਸਟ੍ਰਿਕਟ ਮਾਰਕਿੰਗ ਹੁੰਦੀ ਹੈ ਤਾਈ ਕਰਕੇ ਇਨ ਲੋਕਾਂ ਨੂੰ ਜਨਤਾ ਨੂੰ ਸਮਝਣਾ ਚਾਹੀਦਾ ਦਾ ਕੁਝ ਨਹੀਂ ਹੁੰਦੀ ਇਹ ਸਾਰੇ ਕੁਐਸਚਨ ਪੇਪਰਸ ਲਾਈਕ ਆਈ ਸੈਡ ਯੂਨੀਵਰਸਿਟੀ ਕੈਂਬ੍ਰਿਜ ਯੂਨੀਵਰਸਿਟੀ ਇਸ ਪ੍ਰਿਪੇਅਰਡ ਫਰਮ ਥੇ ਇਹ ਸਾਰੇ ਇੰਸਟੀਚਿਊਟ ਸਾਰੇ ਮਤਲਬ ਜੇ ਆਪਣਾ ਜੋ ਐਗਜ਼ਾਮ ਸੈਂਟਰਸ ਚ ਚਲੇ ਜਾਂਦੇ ਨੇ ਕਵੈਸਚਨ ਆਨਸਰ ਕਰਨੇ ਤੋਂ ਬਾਅਦ ਮੇ ਸਾਰਾ ਕਲੈਕਸ਼ਨ ਹੋ ਜਾਂਦੇ ਹੈ ਅਗੇਨ ਇਟ ਗੋਸ ਟੂ ਦਿੱਲੀ ਫਾਰ ਕਰੈਕਸ਼ਨਸ ਸੋ ਇਦਾਂ ਦਾ ਕੁਝ ਹੋ ਹੀ ਨਹੀਂ ਸਕਦਾ ਦਾ ਕੁਝ ਹੁੰਦੇ ਨਹੀਂ ਨਹੀਂ ਹੁੰਦਾ ਇਹ ਵੀ ਮਿਥ ਹੈ ਤੇ ਇੱਕ ਸਭ ਤੋਂ ਵੱਡੀ ਜੋ ਬੱਚੇ ਸੋਚਦੇ ਨੇ ਚੰਗੀ ਗੱਲ ਹੈ ਕੌਨਫੀਡੈਂਟ ਹੋਣਾ ਬਹੁਤ ਚੰਗੀ ਗੱਲ ਹੈ ਹੋਣਾ ਵੀ ਚਾਹੀਦਾ ਹੈ ਕਿਉਂਕਿ ਬਿਨਾ ਕੌਨਫੀਡੈਂਸ ਤੋਂ ਕੁਝ ਨਹੀਂ ਹੋ ਸਕਦਾ ਲੇਕਿਨ ਕਈ ਵਾਰ ਬੱਚੇ ਸੋਚਦੇ ਨੇ ਕਿ ਅਸੀਂ ਬਿਨਾ ਹਾਈਲਟਸ ਕੋਚਿੰਗ ਲੈ ਅਸੀਂ ਪੇਪਰ ਕਲੀਅਰ ਕਰ ਸਕਦੇ ਹਾਂ ਕੀ ਇਹ ਪੋਸੀਬਲ ਹੈ ਕਿਉਂਕਿ ਜ਼ਿਆਦਾਤਰ ਬੱਚਾ ਬੱਚੇ ਅਜਿਹੇ ਦੇਖੇ ਗਏ ਨੇ ਜੋ ਬਿਨਾ ਤਿਆਰੀ ਤੋਂ ਜਾਂਦੇ ਨੇ ਬਿਨਾ ਕੋਚਿੰਗ ਤੋਂ ਜਾਂਦੇ ਨੇ ਪਰ ਕਲੀਅਰ ਨਹੀਂ ਹੋ ਸਕਦੇ ਅਮੋਦਿਪ ਜੀ ਅੱਜ ਕੱਲ੍ਹ ਨਾ ਐਜੂਕੇਸ਼ਨ ਸਟੈਂਡਰਡਸ ਬਹੁਤ ਹਾਈ ਹੋ ਗਿਆ ਬੱਚੇ CBSE ICSE CBSE ਪੀਐਸਬੀ ਬੋਰਡਸ ਦੇ ਇੰਗਲਿਸ਼ ਫਲੋ ਬਹੁਤ ਚੰਗਾ ਆ ਸੋ ਉਸ ਕਰਕੇ ਉਹ ਬੱਚੇ ਪਹਿਲਾਂ ਘਰੇ ਪ੍ਰੈਪਰੇਸ਼ਨ ਕਰਦੇ ਆ ਐਂਡ ਕੁਝ ਬੱਚੇ ਕੱਢ ਵੀ ਲੈਂਦੇ ਰਿਜ਼ਲਟ ਇੰਨੀ ਆਉਂਦਾ ਵੀ ਨਹੀਂ ਆਉਂਦਾ ਬਟ ਕੁਝ ਬੱਚੇ 0.5 ਜਾਂ 1 ਬੈਂਡਾ ਰਹਿ ਜਾਂਦੇ ਆ ਉਹ ਕਾਰਨ ਇਹ ਆ ਕਿ ਜੋ ਅਸੀਂ ਸਟੱਡੀ ਕੀਤਾ ਆ ਕਿ ਜਦੋਂ ਬੱਚਾ ਘਰੇ ਪ੍ਰੈਕਟਿਸ ਕਰਦਾ ਆ ਫਾਰਮੈਟ ਆਨਲਾਈਨ ਦੇਖ ਲਿਆ ਬਟ ਜਿਹੜੀਆਂ ਮਿਸਟੇਕਸ ਨੇ ਉਹ ਇੱਕ ਚੰਗਾ ਮੈਂਟਰ ਦੱਸੇਗਾ ਹੁਣ ਜਿਹੜੀ ਮੈਂ ਗਲਤੀ ਕਰ ਰਿਹਾ ਜੇ ਮੈਨੂੰ ਕੋਈ ਠੀਕ ਕਰਨ ਵਾਲਾ ਨਹੀਂ ਹੈਗਾ ਤਾਂ ਬੈਠਾ ਹਿਊਮਨ ਨੇਚਰ ਹੈ ਘੜੀ ਲੱਗੀ ਹੈ ਮੈਂ ਉਹਨੂੰ ਮੈਨੂਪਲੇਟ ਕਰ ਲੂੰਗਾ ਚਲ ਕੋਈ ਨਾ 10 ਮਿੰਟ ਹੋਰ ਲਾ ਲੈਂਦੇ ਆ ਬਟ ਜਦੋਂ ਤੁਸੀਂ ਕਿਸੇ ਇੱਕ ਇੰਸਟੀਚਿਊਟ ਚ ਬੈਠ ਕੇ ਪ੍ਰੋਪਰ ਮੌਕ ਟੈਸਟ ਦੇ ਰਹੇ ਹੋ ਜਾਂ ਚੰਗੇ ਮੈਂਟਰ ਕੋ ਬੈਠੇ ਹੋ ਤੁਹਾਨੂੰ ਟਾਈਮ ਮੈਨੇਜਮੈਂਟ ਸਿਖਾਉਂਦਾ ਹੈ ਫੇਰ ਆਉਂਦੀ ਸਪੀਕਿੰਗ ਦੀ ਗੱਲ ਘਰੇ ਹੁਣ ਸਪੀਕਿੰਗ ਕਿਸੇ ਨੇ ਨਹੀਂ ਕਰਾਉਣੀ ਜੇ ਤੁਸੀਂ ਉੱਥੇ ਜਾਣੇ ਹੋ ਐਗਜ਼ਾਮੀਨਰ ਨਵਾਂ ਬੰਦਾ ਜਨਰਲੀ ਪੰਜਾਬੀਆਂ ਨੂੰ ਪ੍ਰੋਬਲਮ ਆਉਂਦੀ ਅੰਗਰੇਜ਼ੀ ਚ ਬੋਲਣਾ ਐਂਡ ਨਵੇਂ ਬੰਦੇ ਅੱਗੇ ਬੋਲਣਾ ਐਂਡ ऑन दिस पॉड आइडियाज ਲੈ ਕੇ ਆਉਣੇ ਆ ਉੱਥੇ ਬੱਚੇ ਫਸ ਜਾਂਦੇ ਨੇ ਉੱਥੇ ਸਕੋਰ ਥੱਲੇ ਚਲੇ ਜਾਂਦੇ ਆ ਇਸ ਕਰਕੇ ਜਦੋਂ ਇੰਸਟੀਟਿਊਟ ਜਾਂ ਮੈਂਟਰ ਕੋ ਜਾਣੇ ਆ ਤੁਹਾਨੂੰ ਗਰੁੱਪ ਡਿਸਕਸ਼ਨਸ ਕਰਾਉਂਦਾ ਹੈ ਤੁਹਾਡਾ ਕੌਨਫੀਡੈਂਸ ਬੂਸਟ ਕਰਦਾ ਤੁਹਾਨੂੰ ਕਲਾਸ ਦੇ ਮੂਰੇ ਖੜੇ ਕਰਕੇ ਉਹ ਬੁਲਵਾਉਂਦੇ ਨੇ ਜਿਹਦੇ ਕਰਕੇ ਤੁਹਾਡਾ ਕੌਨਫੀਡੈਂਸ ਬੂਸਟ ਹੁੰਦਾ ਇਸ ਕਰਕੇ ਇੱਕ ਚੰਗੇ ਮੈਂਟਰ ਦੀ ਚੰਗੇ ਇੰਸਟੀਟਿਊਟ ਦੀ ਲੋੜ ਕਿਤੇ ਨਾ ਕਿਤੇ ਪੈ ਜਾਂਦੀ ਆ ਸੋ ਬੱਚਿਆਂ ਨੂੰ ਮੈਂ ਇਹੀ ਗੁਜ਼ਾਰਿਸ਼ ਕਰਾਂਗਾ ਜੇ ਤਾਂ ਤੁਹਾਡਾ ਲੈਵਲ ਬਹੁਤ ਵਧੀਆ ਹੈ ਅਕੈਡਮਿਕਸ ਚੰਗੇ ਨੇ ਫਿਰ ਵੀ ਐਟ ਲੀਸਟ ਚਾਹੇ ਹਫਤਾ 10 ਦਿਨ ਕੁਝ ਲਿਮਿਟਡ ਟ ਟਾਈਮ ਮੈਨੇਜਮੈਂਟ ਸਪੀਕਿੰਗ ਪ੍ਰੈਕਟਿਸ ਐਂਡ ਆਲ ਕਿਸੇ ਮੈਂਟਰ ਦੀ ਹੈਲਪ ਜ਼ਰੂਰ ਲਓ ਬਿਲਕੁਲ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਗੁਰੂ ਬਿਨਾ ਗਤੀ ਨਹੀਂ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਡੇ ਦਿਮਾਗ ਦੇ ਵਿੱਚ ਜ਼ਿਹਨ ਦੇ ਵਿੱਚ ਕੋਈ ਸਵਾਲ ਆਈਡੈਂਟਸ ਨੂੰ ਲੈ ਕੇ ਹੈ ਜੋ ਤੁਹਾਨੂੰ ਲੱਗਦਾ ਹੈ ਇਸ ਵੀਡੀਓ ਦੇ ਵਿੱਚ ਨਹੀਂ ਪੁੱਛਿਆ ਗਿਆ ਜਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਦਿਲ ਦੇ ਵਿੱਚ ਆਇਆ ਤੁਸੀਂ ਨੀਚੇ ਕਮੈਂਟ ਕਰਕੇ ਉਹ ਸਵਾਲ ਪੁੱਛ ਸਕਦੇ ਹੋ ਜਾਂ ਫਿਰ ਐਸਆਈਈਸੀ ਨੂੰ ਕੰਟੈਕਟ ਵੀ ਕਰ ਸਕਦੇ ਹੋ